इलेक्शन मैं लड़ूंगी जरूर, बट किस पार्टी दे नाल किदे नाल भी मेरा नाम जोड़िया जांदा है वो मैनू खुद नू आप नू नहीं पता हुंदा, सूत्र दस देंदे ने। जिथे आपां कहिंदे आ वी मुद्दे दी गल होनी चाहीदी आ, अज MLA असैम्बली असीं जदों वॉच करदे आ असीं कहिंदे मुद्दे दी गल होनी चाहीदी, उत्थे तुसीं अजकल लोक जोकर बन के रह गए ने। तुसीं सोचो हर किते उन्हां दे क्लाउंस बनने शुरू हो गए ने, अच्छा जी इहने इह कहता, अच्छा जी तूं इह है, मतलब ऐं लगदा है कि जिवें ना लाफ्टर चैलेंज चल रिहा है और दो बंदे एक दूजे नूं गालां कढ रहे ने। जे आप कैप्टन साहब की तुम गल करते हो कि वो BJP चल जाते इधर चल जाते, जे कैप्टन साहब साढ़े मुद्दे सॉर्ट आउट करते हैं पंजाब वास्ते तो साढ़े वास्ते पंजाब वास्ते वो मुद्दे सही ने। मैं हरप्रीत सिंह जसोवाल, तुम वेख रहे हो पंजाब केसरी जगबाणी TV। सोनिया मान जी साढ़े नाल ने लगातार चर्चा के विच रहिंदे ने कि इलैक्शन किहड़ी पार्टी दे वल्लों लड़नी है, लेकिन बहुत ही वड्डे लैवल ते इन्हां दा जिहड़ा प्रचार आ मोहाली सहित बहुत सारिया जगह दे उत्ते होया, कई जगह दे उत्तों जिहड़ा इलैक्शन लड़न की गल चल रही है। अज्ज सोनिया मान जी मोहाली सिटी सेंटर दे विच पहुंचे ने ते उन्हां नाल गल करदे आ। मैम अज्ज तुसीं इत्थे आए हो ते अज्ज किस मकसद दे लई आए जी? ਵੇਖੋ ਜੀ, ਇੱਥੇ ਲੈਟਸ ਚਾਏ ਨਾਮ ਦਾ ਕੈਫੇ ਖੁੱਲ੍ਹਿਆ, ਉਹਨਾਂ ਨੇ ਮੈਨੂੰ ਇਨੋਗਰੇਸ਼ਨ ਕਰਨ ਵਾਸਤੇ ਸੱਦਿਆ ਔਰ ਮੋਹਾਲੀ ਸਿਟੀ ਸੈਂਟਰ ਦੇ ਵਿੱਚ ਖੁੱਲ੍ਹਿਆ, ਔਰ ਬਹੁਤ ਵਧੀਆ ਚਾਹ ਵੀ ਹੈ ਇਹਨਾਂ ਦੀ ਔਰ ਕੌਫੀ ਵੀ ਹੈ, ਮੈਂ ਪੀਤੀ ਹੈ, ਸੋ ਉਸ ਕਰਕੇ ਆਈ ਸੀਗੀ। ਸੋ ਇਹ ਤਾਂ ਇੱਕ ਹੈਗੀ ਕਿ ਅੱਜ ਚਾਹ ਤਾਂ ਹਰ ਬੰਦਾ ਜਾਂਦਾ, ਕਿਉਂਕਿ ਜਿੱਥੇ ਪੋਲੀਟੀਕਲ ਪਾਰਟੀਆਂ ਦੇ ਸਾਰੇ ਲੋਕ ਜਿਹੜੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਹੋਏ ਨੇ, ਕਿਉਂਕਿ ਇਲੈਕਸ਼ਨ ਪੰਜਾਬ ਦੇ ਵਿੱਚ ਆਉਣ ਵਾਲੀ ਆ। ਤੁਹਾਡੇ ਬਾਰੇ ਆਖਿਆ ਜਾ ਰਿਹਾ ਸੀ ਕਿ ਤੁਸੀਂ ਮੋਹਾਲੀ ਤੋਂ ਜਿਹੜਾ ਇਲੈਕਸ਼ਨ ਲੜਨ ਜਾ ਰਹੇ ਹੋ, ਪਹਿਲਾਂ ਅਕਾਲੀ ਦਲ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਹੁਣ ਮਤਲਬ ਹਾਲੇ ਤੱਕ ਕਲੀਅਰ ਕੁਛ ਨਹੀਂ ਹੋ ਪਾਇਆ ਹੈਗਾ, ਅਤੇ ਹੁਣ ਕੀ ਅਸੀਂ ਸਮਝੀਏ ਕਿ ਸੋਨੀਆ ਮਾਨ ਇਲੈਕਸ਼ਨ ਲੜੂਗੀ ਹੀ ਲੜੂਗੀ? ਵੇਖੋ ਜੀ, ਮੈਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਹਿੱਤ ਵਾਸਤੇ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ ਔਰ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ, ਔਰ ਇਲੈਕਸ਼ਨ ਬਾਰੇ ਮੈਂ ਕਿਹਾ ਸੀਗਾ ਹਾਂ ਮੈਂ ਜ਼ਰੂਰ, ਔਰ ਬਟ ਮੈਂ ਮੇਰਾ ਹਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਨਾ ਮੇਰੀ ਕੋਈ ਮਤਲਬ ਅਗਲੀ ਕੋਈ ਮੰਸ਼ਾ ਆ, ਮਤਲਬ ਜੋ ਵੀ ਅੱਗੇ ਜਾ ਕੇ ਹੋਊਗਾ ਮੈਨੂੰ ਨਹੀਂ, ਆਈ ਡੋਂਟ ਨੋ ਅਬਾਊਟ ਦਾ ਫਿਊਚਰ, ਬਟ ਆਈ ਨੋ ਦਿਸ ਥਿੰਗ ਕਿ ਆਈ ਵਿਲ ਕੰਟੈਸਟ ਇਲੈਕਸ਼ਨ। ਅਤੇ ਕਿਉਂਕਿ ਇਹ ਤਾਂ ਗੱਲ ਹੈਗੀ ਪੰਜਾਬ ਦੀ ਜੀ, ਤੁਸੀਂ ਜਿੱਥੋਂ ਵੀ ਇਲੈਕਸ਼ਨ ਲੜੋ ਲੋਕ ਤੁਹਾਡੇ ਨਾਲ, ਬਹੁਤ ਜਗ੍ਹਾ ਸੁਣਦੀ ਜਿਹੜੇ ਸਾਡੇ ਸੂਤਰਾਂ ਤੋਂ ਵੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਤੁਸੀਂ ਹੁਣ UP ਵੀ ਹੋ ਕੇ ਆਏ ਹੋ, ਅਤੇ ਇਹ ਵੀ ਗੱਲ ਕਹੀ ਹੈ ਕਿ ਕਲੇਸ਼ ਯਾਦਵ ਜੀ ਨਾਲ ਤੁਹਾਡੀ ਮੁਲਾਕਾਤ ਹੋਈ ਆ ਅਤੇ ਤੁਸੀਂ ਸ਼ਾਇਦ UP ਤੋਂ ਵੀ ਕੰਟੈਸਟ ਕਰ ਰਹੇ ਹੋ ਜੀ? ਵੇਖੋ ਮੇਰੀ ਗੱਲ ਸੁਣੋ, ਮੈਨੂੰ ਤਾਂ ਆਪ ਨੂੰ ਹਾਸਾ ਆਉਂਦਾ ਇਹ ਗੱਲ ਸੁਣ ਕੇ ਕਿ ਮਤਲਬ ਸੂਤਰ ਨਹੀਂ ਮੈਨੂੰ ਅੱਜ ਤੱਕ ਸਮਝ ਲੱਗੇ ਵੀ ਇਹ ਸੂਤਰ ਹੈ ਕੌਣ ਔਰ ਕੀ ਗੱਲਾਂ ਕਰਦੇ ਨੇ। ਵੇਖੋ ਮੈਂ UP ਲਖੀਮਪੁਰ ਖੀਰੀ ਗਈ ਸੀਗੀ, ਉਸ ਤੋਂ ਬਾਅਦ ਵੀ ਗਈ ਸੀਗੀ, ਐਂਡ UP ਮੇਰੇ ਨਾਨਕੇ ਨੇ, ਐਂਡ ਉਦੋਂ ਅਖਿਲੇਸ਼ ਜੀ ਦੇ ਨਾਲ ਮੇਰੀ ਰੈਲੀਜ਼ ਦੇ ਵਿੱਚ ਮੁਲਾਕਾਤ ਜ਼ਰੂਰ ਹੋਈ ਸੀਗੀ, ਐਂਡ ਮੈਨੂੰ ਮੈਂ ਉੱਥੇ ਵੀ ਉੱਥੇ ਵੀ ਆਪਣੇ ਭਰਾਵਾਂ ਵਾਸਤੇ ਇੱਕ BJP ਵਿਰੋਧ ਕੈਂਪੇਨ ਵਾਸਤੇ ਗੱਲ ਹੋਈ ਸੀਗੀ ਕਿ ਲਾਈਕ BJP ਬਾਈਕਾਟ ਦਾ ਨਾਰਾ, ਜਦੋਂ ਸਾਡੇ ਬਿੱਲ ਰੱਦ ਨਹੀਂ ਹੋਏ ਸੀਗੇ ਹਜੇ ਤੱਕ, ਉਦੋਂ ਸਾਡੀ ਇੱਕ ਕੈਂਪੇਨ ਸੀਗੀ, ਉਹ ਸਾਰਿਆਂ ਦੀ ਸੀਗੀ ਕਿ ਅਸੀਂ BJP ਬਾਈਕਾਟ ਕਰਨ ਵਾਸਤੇ UP ਦੇ ਵਿੱਚ ਜਾਣਾ, ਔਰ ਬਾਕੀ ਅਖਿਲੇਸ਼ ਜੀ ਦੇ ਨਾਲ ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਤੁਹਾਨੂੰ ਇਹ ਗੱਲਾਂ ਕੌਣ ਦੱਸਦਾ ਹੈ ਔਰ ਤੁਸੀਂ ਕਿੱਥੋਂ ਗੱਲ ਸੁਣ ਕੇ ਆਉਂਦੇ ਹੋ। ਅਤੇ ਲੇਕਿਨ ਇਹ ਤਾਂ ਗੱਲਾਂ, ਚਲੋ ਸਾਡੇ ਵੀ ਕੁਛ ਸੂਤਰ ਹੁੰਦੇ ਨੇ ਜੀ, ਕੁਛ ਨਾ ਕਿਤੋਂ ਪਤਾ ਲੱਗ ਨਹੀਂ ਰਹੇ। ਦੂਸਰੇ ਪਾਸੇ ਅਸੀਂ ਗੱਲ ਕਰੀਏ ਮੋਹਾਲੀ ਦੀ ਗੱਲ ਕਰ ਰਹੇ ਹਾਂ, ਖਾਸ ਕਰ ਮੋਹਾਲੀ ਤੋਂ ਤੁਹਾਡਾ ਨਾਮ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਕਿ ਕਹਿੰਦੇ ਕੋਈ ਅਕਾਲੀ ਦਲ ਕੋਲ ਕੋਈ ਤੁਹਾਡੇ ਵਰਗਾ ਸਟਰੋਂਗ ਕੈਂਡੀਡੇਟ ਨਹੀਂ ਹੈਗਾ ਅਤੇ ਜਿਸ ਕਾਰਨ ਤੁਹਾਨੂੰ ਅਪਰੋਚ ਕੀਤੀ ਜਾ ਰਹੀ ਹੈ? ਵੇਖੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੂੰਗੀ ਕਿ ਇਲੈਕਸ਼ਨ ਮੈਂ ਲੜੂੰਗੀ ਜ਼ਰੂਰ, ਬਟ ਕਿਸ ਪਾਰਟੀ ਦੇ ਨਾਲ ਕਿਹਦੇ ਨਾਲ ਵੀ ਮੇਰਾ ਨਾਮ ਜੋੜਿਆ ਜਾਂਦਾ ਹੈ ਉਹ ਮੈਨੂੰ ਖੁਦ ਨੂੰ ਆਪ ਨੂੰ ਨਹੀਂ ਪਤਾ ਹੁੰਦਾ, ਸੂਤਰ ਦੱਸ ਦਿੰਦੇ ਨੇ, ਸੂਤਰ ਮੀਡੀਆ ਚੈਨਲਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਆ, ਮੇਰਾ ਫੋਨ ਕਈ ਵਾਰੀ ਨੈਟਵਰਕ ਇਸ਼ੂਜ਼ ਕਰਕੇ ਬੰਦ ਵੀ ਹੁੰਦਾ ਆ, ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਘਰ ਆਉਂਦੀ ਹਾਂ ਘਰ ਆਉਂਦਿਆਂ ਤੱਕ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਕਲੇਸ਼ ਪਿਆ ਹੁੰਦਾ ਆ, ਇੰਨਾ ਕੁਛ ਮੈਨੂੰ ਬਾਅਦ 'ਚੋਂ ਸਾਰੀਆਂ ਗੱਲਾਂ ਪਤਾ ਲੱਗਦੀਆਂ ਨੇ, ਸੋ ਮੈਨੂੰ ਲੱਗਦਾ ਕਿ ਮੇਰੇ ਨਾਲੋਂ ਜ਼ਿਆਦਾ ਮੀਡੀਆ ਪੀਪਲ ਐਂਡ ਲੋਕ ਜ਼ਿਆਦਾ ਇੰਟਰਸਟਿਡ ਨੇ ਕਿ ਮੈਂ ਇਲੈਕਸ਼ਨ 'ਚ ਆਵਾਂ ਜਾਂ ਮੈਂ ਇਲੈਕਸ਼ਨ 'ਚ ਕਿਹੜੀ ਪਾਰਟੀ ਤੋਂ ਆਵਾਂ ਜਾਂ ਕੀ ਹਿਸਾਬ ਕਿਤਾਬ ਹੈ, ਕਿਉਂਕਿ ਤੁਸੀਂ ਹੁਣ ਜਿਵੇਂ ਕਿਹਾ ਕਦੀ ਅਖਿਲੇਸ਼ ਜੀ ਦੇ, ਹੁਣ ਅਖਿਲੇਸ਼ ਜੀ ਦਾ ਨਾਮ ਆਉਣਾ ਸ਼ੁਰੂ ਹੋ ਗਿਆ, ਸੋ ਇਸ ਲਈ ਕਿਸੇ ਨਾ ਕਿਸੇ ਦੇ ਨਾਲ ਨਾਮ ਜੋੜਦੇ ਰਹਿੰਦੇ ਨੇ। ਅਤੇ ਜਿਹੜੀ ਜੋ ਹੁਣ ਪੰਜਾਬ ਦਾ ਸਿਨੈਰੀਓ ਬਣਿਆ ਹੋਇਆ, ਤੁਹਾਨੂੰ ਉਸ ਨੂੰ ਲੈ ਕੇ ਟ੍ਰੋਲਿੰਗ ਬਹੁਤ ਹੋਈ ਹੈ ਕਿਉਂਕਿ ਤੁਸੀਂ ਕਿਸਾਨ ਮੋਰਚੇ ਦੇ ਵਿੱਚ ਵੱਡਾ ਰੋਲ ਪਲੇ ਕੀਤਾ ਸੀਗਾ, ਤੁਹਾਨੂੰ ਕਈ ਜਗ੍ਹਾ 'ਤੇ ਭਾਵੇਂ ਕਿ ਮਾਈਕ ਫੜ ਕੇ ਜਿਹੜਾ ਰੋਕਿਆ ਵੀ ਗਿਆ ਸੀਗਾ, ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਕਿਸਾਨਾਂ ਦੇ
ਹਿੱਕਾਂ ਹਿੱਤਾਂ ਦੇ ਲਈ ਲੜਦੇ ਰਹੇ ਹੋ, ਅਤੇ ਹੁਣ ਤੁਹਾਨੂੰ ਲੱਗਦਾ ਕਿ ਕਿਸਾਨ ਤੁਹਾਡੀ ਸਪੋਰਟ ਕਰਨਗੇ? ਅਤੇ ਦੂਸਰਾ ਮੇਰਾ ਕੁਐਸਚਨ ਇਹ ਆ ਕਿ ਹੁਣ ਕਿਸਾਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਕਿ ਨਹੀਂ, ਕਿਉਂਕਿ ਜਿਹੜੇ ਬਿੱਲ ਨੇ ਰਿਪੀਲ ਹੋ ਰਹੇ? ਵੇਖੋ, ਕਿਸਾਨਾਂ ਦੀ ਜਿਹੜੀ ਲੜਾਈ ਹੈ, MSP ਦੀ ਵੀ ਲੜਾਈ ਹੈ। MSP ਬਹੁਤ ਇੰਪੋਰਟੈਂਟ ਆ, ਕਿਉਂਕਿ ਜਿਹੜੀ ਤੁਹਾਡੀ ਆਪਣੀ ਜਿਹੜੀ ਕਿਸਾਨਾਂ ਦੀ ਮਿਹਨਤ ਐਂਡ ਆਫ ਦਾ ਡੇ MSP ਦੇ ਉੱਤੇ ਨਿਰਭਰ ਵੀ ਕਰਦੀ ਹੈ, ਕਿਉਂਕਿ ਇੱਕ ਪਰਟੀਕੁਲਰ ਮਿਨੀਮਮ ਪ੍ਰਾਈਸ ਮਿਲਣਾ ਚਾਹੀਦਾ ਆ। ਜਿੱਥੇ ਤੱਕ ਪੰਜਾਬ ਹਰਿਆਣਾ ਦੇ ਵਿੱਚ ਤਾਂ ਫਿਰ ਵੀ MSP ਮਿਲਦੀ ਹੈ ਔਰ ਮਿਲਦੀ ਸੀਗੀ, ਔਰ ਮੈਨੂੰ ਇਹ ਲੱਗਦਾ ਹੈ ਕਿ UP ਦੇ ਫਾਰਮਰਸ ਬਾਰੇ ਔਰ ਆਲ ਓਵਰ ਇੰਡੀਆ ਦੇ ਫਾਰਮਰਸ ਬਾਰੇ ਵੀ ਆਪਾਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇਸ ਕਿਸਾਨ ਅੰਦੋਲਨ ਨੂੰ ਸਾਰੇ ਪੱਖ ਦੇ ਕਿਸਾਨਾਂ ਨੇ ਵੇਖਿਆ, ਔਰ ਇਹ ਅੰਦੋਲਨ ਇਕੱਲਾ ਪੰਜਾਬ ਦਾ ਨਹੀਂ ਸੀਗਾ, ਇਹ ਭਾਰਤ ਵਰਸ਼ ਦਾ ਅੰਦੋਲਨ ਸੀਗਾ, ਔਰ ਸਾਰਿਆਂ ਨੂੰ ਇਸ ਤੋਂ ਉਮੀਦਾਂ ਸੀਗੀਆਂ, ਭਾਵੇਂ ਉਹ ਕੇਰਲਾ ਤੋਂ ਵੀ ਕਿਸਾਨ ਆਏ ਸੀਗੇ, ਹਰ ਇੱਕ ਮਤਲਬ ਹਰ ਕਿਸੇ ਸਟੇਟ ਤੋਂ ਲੋਕ ਆਏ ਸੀਗੇ, ਰਾਜਸਥਾਨ ਤੋਂ ਆਏ ਸੀਗੇ, ਰਾਜਸਥਾਨ ਦੇ ਫਾਰਮਰਸ ਵੀ ਉੱਥੇ ਸਾਜਾਪੁਰ ਬਾਰਡਰ ਦੇ ਉੱਤੇ ਕਾਫੀ ਲੰਬੇ ਟਾਈਮ ਦੇ ਉੱਤੇ ਉਹਨਾਂ ਨੇ ਸੰਘਰਸ਼ ਕੀਤਾ, ਭਾਵੇਂ ਉਹਨਾਂ ਦੇ ਮੀਂਹ ਦੇ ਨਾਲ, ਹਨੇਰੀ ਦੇ ਨਾਲ ਉਹਨਾਂ ਦੇ ਟੈਂਟ ਉੱਡ ਗਏ, ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਆ, UP ਦੇ ਫਾਰਮਰਸ ਨੇ ਬਹੁਤ ਸੰਘਰਸ਼ ਕੀਤਾ ਆ। ਆਪਾਂ ਨੂੰ UP ਦੇ ਫਾਰਮਰਸ ਦਾ ਵੀ ਨਹੀਂ ਭੁੱਲਣਾ ਚਾਹੀਦਾ, ਆਪਾਂ ਨੂੰ ਹਰ ਇੱਕ ਬਜ਼ੁਰਗ, ਹਰ ਇੱਕ ਜਿਹੜੇ ਸਾਡੇ ਉੱਥੇ ਮਾਵਾਂ ਵਿਚਾਰੀਆਂ ਠੰਡ ਦੇ ਵਿੱਚ ਵੀ ਬੈਠੀਆਂ ਨੇ, ਗਰਮੀ ਦੇ ਵਿੱਚ ਵੀ ਬੈਠੀਆਂ ਨੇ, ਉਹਨਾਂ ਦਾ ਦੇਣ ਅਸੀਂ ਨਹੀਂ ਭੁੱਲ ਸਕਦੇ। ਅਸੀਂ ਇਹ ਅੰਦੋਲਨ ਆਪਣੇ ਬਜ਼ੁਰਗਾਂ, ਆਪਣੀਆਂ ਮਾਵਾਂ, ਆਪਣੇ ਮੇਰੇ ਮਤਲਬ ਦਾਦਾ ਜੀ ਦੇ ਸਮਾਨ ਬਜ਼ੁਰਗ ਜਿਹੜੇ ਉੱਥੇ ਬੈਠੇ ਹੋਏ ਆ, ਇੱਕ ਸਬਰ ਦੇ ਨਾਲ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ, ਔਰ ਖਾਸ ਕਰਕੇ ਸਾਡੇ ਜਿਹੜੇ ਬਾਹਰ ਭਰਾ ਬੈਠੇ ਨੇ ਫੋਰਨ ਕੰਟਰੀਜ਼ ਦੇ ਵਿੱਚ, ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ, ਭਾਵੇਂ ਸੋਸ਼ਲ ਮੀਡੀਆ 'ਤੇ ਹੋਵੇ, ਭਾਵੇਂ ਆਰਥਿਕ ਮਦਦ ਕੀਤੀ ਹੋਵੇ, ਹਰ ਇੱਕ ਬੰਦੇ ਦਾ ਜਿਹੜਾ ਇੱਕ ਪਾਰਟ ਹੈ ਇਸ ਅੰਦੋਲਨ ਦੇ ਵਿੱਚ, ਜਿਨ੍ਹਾਂ ਨੇ ਵੀ ਯੋਗਦਾਨ ਦਿੱਤਾ, ਮੈਂ ਤਾਂ ਤਹਿ ਦਿਲੋਂ ਉਹਨਾਂ ਦਾ ਸੱਚੀ ਧੰਨਵਾਦ ਕਰਦੀ ਹਾਂ, ਕਿਉਂਕਿ ਇਸ ਅੰਦੋਲਨ ਨੂੰ ਜਿੱਤਣਾ ਬਹੁਤ ਜ਼ਰੂਰੀ ਸੀਗਾ ਆਪਣੇ ਕਿਸਾਨਾਂ ਵਾਸਤੇ। ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਤੱਕ MSP ਮਿਨੀਮਮ ਗਰੰਟੀ ਰੇਟ UP ਵਾਲਿਆਂ ਨੂੰ ਸਾਰਿਆਂ ਨੂੰ ਨਹੀਂ ਮਿਲਦਾ ਨਾ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਆਉਣਾ ਚਾਹੀਦਾ। ਇੱਕ ਵਾਰੀ ਪ੍ਰਾਈਮ ਮਿਨਿਸਟਰ ਸਰ ਨੂੰ ਰਿਕੁਐਸਟ ਹੈ ਵੀ ਤੁਸੀਂ ਪਲੀਜ਼ ਸਾਰੇ ਫਾਰਮਰਸ ਵਾਸਤੇ ਸੋਚੋ, ਸਾਰਿਆਂ ਨੂੰ ਇੱਕ ਮਿਨੀਮਮ ਰੇਟ ਗਰੰਟੀ MSP ਦੇ। ਅਤੇ ਇੱਕ ਜਿਹੜੀ ਮੁੱਦਿਆਂ ਦੀ ਗੱਲ ਆ ਜਾਂਦੀ ਆ ਪੰਜਾਬ ਦੇ ਵਿੱਚ, ਜੇਕਰ ਤੁਸੀਂ ਇਲੈਕਸ਼ਨ ਕੰਟੈਸਟ ਕਰਦੇ ਹੋ, UP ਅਤੇ ਪੰਜਾਬ ਦਾ ਬਹੁਤ ਡਿਫਰੈਂਸ ਹੈਗਾ ਕਈ ਚੀਜ਼ਾਂ ਨੂੰ ਲੈ ਕੇ, ਅਤੇ ਪੰਜਾਬ ਦੇ ਵਿੱਚ ਜਿਵੇਂ ਡਰੱਗਸ ਦਾ ਮਸਲਾ, ਬੇਅਦਬੀ ਦਾ ਮਸਲਾ, ਅਤੇ ਲੋਕਾਂ ਦੀਆਂ ਜੋਬਸ ਦਾ ਮਸਲਾ ਹੈਗਾ, ਅਤੇ ਇਹ ਮੁੱਦੇ ਨੇ ਜਿਹੜੇ ਹਾਵੀ ਰਹਿਣ ਵਾਲੇ ਨੇ ਇਲੈਕਸ਼ਨ ਦੇ ਵਿੱਚ। ਕਿਸਾਨ ਵੀ ਹੁਣ ਆਪਣੇ ਆਪ ਨੂੰ ਜਿਵੇਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਇੱਦਾਂ ਦੇ ਇੱਕ ਕਿੰਗ ਮੇਕਰ ਬਣਨਾ ਚਾਹੀਦਾ, ਨਾ ਕਿ ਸਾਨੂੰ ਆਪ ਇਲੈਕਸ਼ਨ ਕੰਟੈਸਟ ਕਰਨਾ ਚਾਹੀਦਾ। ਦੇਖੋ, ਮੈਨੂੰ ਜੋ ਮੇਰੇ ਕਿਸਾਨ ਜੋ ਮੈਨੂੰ ਸਾਰੇ ਕਹਿਣਗੇ, ਮੈਨੂੰ ਕੋਈ, ਮੈਂ ਲੋਕਾਂ ਦੇ ਹਿੱਤ ਵਾਸਤੇ ਅੰਦੋਲਨ 'ਚ ਆਈ ਸੀਗੀ, ਲੋਕਾਂ ਦੇ ਹਿੱਤ ਵਾਸਤੇ ਅੱਗੇ ਆਊਂਗੀ। ਬਰਗਾੜੀ ਵਿਖੇ ਵੀ ਮੈਂ ਗ੍ਰਿਫਤਾਰੀ ਦੇ ਕੇ ਆਈ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਵਾਸਤੇ ਪਿੱਛੇ ਮੈਂ ਗਈ ਸੀਗੀ, ਔਰ ਮੈਂ ਹਰ ਇੱਕ ਕਿਤੇ ਜਿੱਥੇ ਮੈਨੂੰ ਲੱਗਦਾ ਹੈ ਕਿ ਸਾਨੂੰ ਅੱਗੇ ਆਉਣਾ ਚਾਹੀਦਾ ਆ, ਸਾਨੂੰ ਹਰ ਇੱਕ ਮੁੱਦੇ ਨੂੰ ਚੁੱਕਣਾ ਚਾਹੀਦਾ ਆ, ਭਾਵੇਂ ਉਹ ਬਰਗਾੜੀ ਦਾ ਮੁੱਦਾ ਹੋਵੇ, ਭਾਵੇਂ ਉਹ ਮੋਰਚੇ ਦਾ ਮੁੱਦਾ ਹੋਵੇ, ਭਾਵੇਂ ਉਹ ਕਿਹੜੇ ਵੀ ਜਿੰਨੇ ਵੀ ਇੱਥੇ ਧਰਨੇ ਲੱਗੇ ਨੇ ਹਰ ਕਿਤੇ, ਭਾਵੇਂ ਉਹ UP ਦਾ ਮੁੱਦਾ ਹੋਵੇ। ਕੋਈ UP ਦੇ ਵਿੱਚ ਮੈਂ ਇਲੈਕਸ਼ਨ ਥੋੜ੍ਹਾ ਲੜਨੀ ਸੀਗੀ ਬਾਈ, ਮੈਂ ਅੱਜ ਵੀ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਨੂੰ ਉੱਥੇ ਅਖਿਲੇਸ਼ ਜੀ ਵੀ ਜੇ ਕਹਿੰਦੇ ਆ, ਮੈਨੂੰ ਇਹੀ ਕਹਿੰਦੇ ਨੇ ਵੀ ਲਾਈਕ ਅਸੀਂ ਕਿਸਾਨਾਂ ਦੀ ਆਵਾਜ਼ ਬਣੀਏ, ਹੈ ਨਾ, ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਂ ਆਪਾਂ ਨੂੰ ਉਹਨਾਂ ਦੀ MSP ਦੀ ਰੇਟ ਦੀ ਗੱਲ ਕਰਨੀ ਚਾਹੀਦੀ ਹੈ, ਜਾਂ ਮੈਨੂੰ ਕੋਈ ਵੀ ਅਪਰੋਚ ਕਰਦਾ ਹੈ, ਭਾਵੇਂ ਹਰਿਆਣੇ ਤੋਂ ਅਪਰੋਚ ਕਰਦੇ ਨੇ, ਹਰਿਆਣੇ 'ਚ ਬਾਈ ਮੈਂ ਇਲੈਕਸ਼ਨ ਥੋੜ੍ਹਾ ਲੜਨੀ ਹੈ, ਮੈਂ ਰਾਜਸਥਾਨ ਗਈ ਹਾਂ, ਮੈਂ ਉੱਥੇ ਇਲੈਕਸ਼ਨ ਥੋੜ੍ਹਾ ਲੜਨੀ ਸੀਗੀ। ਉਹ ਤਾਂ ਆਪਣਾ ਇੱਕ ਤੁਹਾਡੇ ਅੰਦਰੋਂ ਇੱਕ ਹਿਊਮੈਨਿਟੀ ਨੇਚਰ ਹੈ ਵੀ ਤੁਸੀਂ ਲੋਕਾਂ ਦੀ ਆਵਾਜ਼ ਔਰ ਲੋਕਾਂ ਨੂੰ ਤੁਸੀਂ ਸੰਬੋਧਿਤ ਕਰਦੇ ਹੋ, ਔਰ ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਜਿਹੜੀਆਂ ਦੱਬ ਜਾਂਦੀਆਂ ਨੇ ਕਿਤੇ ਨਾ ਕਿਤੇ, ਉਹਨਾਂ ਨੂੰ ਤੁਸੀਂ ਇੱਕ ਉਹਨਾਂ ਦੀ ਆਵਾਜ਼ ਬਣਦੇ ਹੋ, ਇਸ ਮੰਚ ਦੇ ਉੱਤੇ ਰਿਪ੍ਰੈਜੈਂਟ ਕਰਦੇ ਹੋ, ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਉਹ ਮੁੱਦੇ ਚੁੱਕਦੇ ਹੋ, ਔਰ ਉਹ ਮੁੱਦੇ ਮੈਂ ਹਮੇਸ਼ਾ ਚੁੱਕਦੀ ਰਹੂੰਗੀ। ਇਹ ਕੋਈ ਜ਼ਰੂਰੀ ਨਹੀਂ ਹੈ ਇਲੈਕਸ਼ਨ ਦਾ ਮੁੱਦਾ ਹੈ, ਇਲੈਕਸ਼ਨ ਇਸ ਕਰਕੇ ਇੰਪੋਰਟੈਂਟ ਹੈ, ਮੈਂ ਲੜਾਂ ਨਾ ਲੜਾਂ ਉਹ ਮੈਟਰ ਨਹੀਂ ਕਰਦਾ, ਮੈਂ ਤੁਹਾਨੂੰ ਕਹਿੰਦੀ ਪਈ ਹਾਂ ਪੰਜਾਬ ਦੇ ਵਿੱਚ ਚੰਗੇ ਚਿਹਰੇ ਆਉਣੇ ਚਾਹੀਦੇ ਆ। ਇਹ ਵੀ ਹੋ ਸਕਦਾ ਹੈ ਕਿ ਮੈਂ ਪੰਜਾਬ ਦੇ ਵਿੱਚ ਜਿਹੜੇ ਚੰਗੇ ਲੋਕ ਨੇ ਮੈਂ ਉਹਨਾਂ ਦੀ ਸਪੋਰਟ ਕਰਨ ਜਾਵਾਂ, ਉਹ ਭਾਵੇਂ ਪੰਜਾਬ ਹੋਵੇ, ਉਹ ਭਾਵੇਂ UP ਹੋਵੇ, ਭਾਵੇਂ ਉਹ ਹਰਿਆਣਾ ਹੋਵੇ, ਕਿਤੇ ਵੀ ਹੋਵੇ, ਮੈਨੂੰ ਇਹ ਹੈ ਕਿ ਮੇਰੇ ਵਾਸਤੇ ਇਹ ਨਹੀਂ ਹੈ ਵੀ ਕਿਸੇ ਪਾਰਟੀ, ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਹੀ ਇਹ ਗੱਲ ਕਹੀ ਸੀਗੀ, 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕਿਸੇ ਵੀ ਪਾਰਟੀ ਦੇ ਵਿੱਚ ਚੰਗੀ ਸ਼ਖਸੀਅਤ ਦਾ ਬੰਦਾ ਹੋਊਗਾ, ਮੈਂ ਉਹਨੂੰ ਸਪੋਰਟ ਕਰੂੰਗੀ ਹਮੇਸ਼ਾ। ਬਿਲਕੁਲ ਜੀ, ਚੰਗੀ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦਾ ਆਉਣਾ ਵੀ ਜ਼ਰੂਰੀ ਆ। ਤੁਸੀਂ ਇਹ ਵੀ ਗੱਲ ਕੀਤੀ ਕਿ ਕਿਸੇ ਪਾਰਟੀ ਵੱਲੋਂ ਇਲੈਕਸ਼ਨ ਕੰਟੈਸਟ ਕਰ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਇਲੈਕਸ਼ਨ ਕੰਟੈਸਟ ਕਰੋਗੇ, ਅਤੇ ਹੁਣ ਜਿਹੜੇ ਵਾਅਦਿਆਂ ਦੀ ਝੜੀ ਲੱਗੀ ਹੋਈ ਆ ਸਾਡੇ ਹੁਣ ਮੁੱਖ ਮੰਤਰੀ ਨੇ, ਚਰਨਜੀਤ ਸਿੰਘ ਚੰਨੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਜਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ, ਸਾਰੇ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੇ ਵਿੱਚ ਰੁੱਝ ਗਏ ਨੇ। ਤੁਹਾਨੂੰ ਲੱਗਦਾ ਕਿ ਪੰਜਾਬ ਕੌਮ, ਪੰਜਾਬੀਆਂ ਦੀ ਕੌਮ ਇਹੋ ਜਿਹੀ ਹੈਗੀ ਕਿ ਜਿਹੜੀ ਮੁਫਤ ਖਾਣਾ ਖਿੱਚ ਗਈ ਜੀ?
ਵੇਖੋ ਜੀ ਇਹ ਬਹੁਤ ਗਲਤ ਗੱਲ ਹੈ ਸਾਡੇ ਪੰਜਾਬੀਆਂ ਨੇ ਹਮੇਸ਼ਾ ਲੋਕਾਂ ਦਾ ਢਿੱਡ ਭਰਿਆ ਹੀ ਹੈ ਉਹ ਭਾਵੇਂ ਬਾਬਾ ਨਾਨਕ ਦੇ ਲੰਗਰ ਦੇ ਰੂਪ ਦੇ ਵਿੱਚ ਹੋਵੇ ਸਾਨੂੰ ਕਿਸੇ ਦੀ ਖਰਾਤ ਨਹੀਂ ਚਾਹੀਦੀ ਆਪਾਂ ਨੂੰ ਆਪਣੇ ਜ਼ਮੀਰ ਨਹੀਂ ਮਾਰਨੇ ਚਾਹੀਦੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਸਾਡੀ ਵਿਰਾਸਤ ਕੀ ਹੈ ਆਪਾਂ ਨੂੰ ਕਿਸੇ ਦੀਆਂ ਫ੍ਰੀ ਦੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਮੈਂ ਚਾਹੁੰਦੀ ਹਾਂ ਵੀ ਕੋਈ ਕਿਸੇ ਸਿਆਸੀ ਪਾਰਟੀ ਨੇ ਗੱਲ ਕੀਤੀ ਵੀ ਰੋਜ਼ਗਾਰ ਦੀ ਗੱਲ ਹੈ ਜਾਂ ਜਿਹੜੇ ਸਾਡੇ ਬੱਚੇ ਇੱਥੋਂ ਬਾਹਰ ਜਾ ਕੇ ਐਜੂਕੇਸ਼ਨ ਲੈਣ ਜਾਂਦੇ ਨੇ ਉਹਨਾਂ ਵਾਸਤੇ ਇੱਥੇ ਐਜੂਕੇਸ਼ਨ ਸੈਂਟਰਸ ਦੀ ਗੱਲ ਕੀਤੀ ਆਈਟੀ ਜਿਹੜੇ ਸਿਲਾਈ ਸੈਂਟਰਸ ਨੇ ਉਹ ਕਿਸੇ ਸਿਆਸੀ ਪਾਰਟੀ ਨੇ ਗੱਲ ਕੀਤੀ ਪਾਣੀਆਂ ਦੇ ਮੁੱਦੇ ਦੀ ਕਿਸੇ ਨੇ ਗੱਲ ਕੀਤੀ ਜਦੋਂ ਵੀ ਮੈਂ ਇਹ ਮੁੱਦੇ ਚੱਕਦੀ ਹਾਂ ਜਾਂ ਮੈਂ ਕਿਸੇ ਦੇ ਅੱਗੇ ਵੀ ਰੱਖਦੀ ਹਾਂ ਮੈਨੂੰ ਇਹ ਨਹੀਂ ਮੈਂ ਇਹ ਸੋਚਦੀ ਹਾਂ ਵੀ ਭਾਵੇਂ ਜਿਹੜੀ ਮਰਜ਼ੀ ਸਿਆਸੀ ਪਾਰਟੀ ਹੋਵੇ ਪੰਜਾਬ ਦੇ ਪਾਣੀ ਦਾ ਮੁੱਦਾ ਸਭ ਤੋਂ ਇੰਪੋਰਟੈਂਟ ਆ ਰਾਈਟ ਨਾਓ ਪੰਜਾਬ ਦੇ ਵਿੱਚ ਜੇ ਪਾਣੀ ਦੀ ਸਮੱਸਿਆ ਵੱਲ ਵੇਖਦੇ ਮੱਦੇ ਨਜ਼ਰ ਰੱਖਦੇ ਹੋਏ ਨਹੀਂ ਗੌਰ ਕੀਤਾ ਗਿਆ ਤਾਂ ਆਉਣ ਵਾਲੇ 10-15 ਸਾਲਾਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਬਹੁਤ ਥੱਲੇ ਚਲੇ ਜਾਏਗਾ ਜਿਹਦੇ ਨਾਲ ਐਗਰੀਕਲਚਰ ਸਿਸਟਮ ਇੱਥੇ ਖਤਮ ਹੋ ਜਾਊਗਾ ਕਾਰਪੋਰੇਟ ਹਾਊਸਿਸ ਇੱਥੇ ਰਾਜ ਕਰਨਗੇ ਹੀ ਕਰਨਗੇ ਬਟ ਇਸ ਮੁੱਦੇ ਦੇ ਉੱਤੇ ਗੱਲ ਨਾ ਤਾਂ ਕਿਸੇ ਨੇ ਨਹੀਂ ਕੀਤੀ ਮੈਂ ਹੱਥ ਜੋੜਦੀ ਰਹਿੰਦੀ ਹਾਂ ਹਮੇਸ਼ਾ ਭਾਵੇਂ ਜਿਹੜੇ ਮਰਜ਼ੀ ਸਟੇਜ ਦੇ ਉੱਤੇ ਭਾਵੇਂ ਮੇਰੀ NDTV ਦੇ ਉੱਤੇ ਪਰਸੋਂ ਗੱਲ ਹੋਈ ਸੀਗੀ ਉੱਥੇ ਵੀ ਮੈਂ ਇੱਕੋ ਗੱਲ ਕਹੀ ਸੀਗੀ ਕਿ ਪੰਜਾਬ ਦੀਆਂ ਫਸਲਾਂ ਦੀਆਂ ਰੋਟੇਸ਼ਨ ਹੋਣੀ ਚਾਹੀਦੀ ਹੈ ਪੈਡੀ ਬਹੁਤ ਇੰਪੋਰਟੈਂਟ ਹੈ ਮੈਂ ਮੰਨਦੀ ਹਾਂ ਝੋਨਾ ਇੰਪੋਰਟੈਂਟ ਹੈ ਬਟ ਉਹਦੀਆਂ ਦੂਜੀਆਂ ਫਸਲਾਂ ਦੇ ਉੱਤੇ ਵੀ MSP ਦੇਣੀ ਚਾਹੀਦੀ ਹੈ ਮੱਕਾ ਦੇ ਉੱਤੇ ਦਿਓ ਤੁਸੀਂ ਜਵਾਰ ਦੇ ਬਾਜਰਾ ਪਹਿਲਾਂ ਇੱਕ ਟਾਈਮ ਸੀਗਾ ਬਾਜਰੇ ਦੀ ਵੀ ਖੇਤੀ ਹੁੰਦੀ ਸੀਗੀ ਹੁਣ ਕੋਈ ਕਰਦਾ ਨਹੀਂ ਹੈ ਸਰੋਂ ਦੀ ਖੇਤੀ ਦੇ ਉੱਤੇ ਅੱਜ ਸਰੋਂ ਦੀ ਬੋਤਲ ਦਾ ਰੇਟ ਕਿੱਥੇ ਪਹੁੰਚ ਚੁੱਕਿਆ ਹੈ ਰਾਈਟ ਜਿੱਥੇ ਲੋਕ ਜਮ੍ਹਾਂਖੋਰੀ ਕਰ ਕਰਕੇ ਅੰਬਾਨੀਆਂ ਅੰਡਾਨੀਆਂ ਵਰਗੇ ਇੰਨੀ ਮਹਿੰਗੀ ਵੇਚਦੇ ਨੇ ਸਾਡੇ ਕਿਸਾਨਾਂ ਨੂੰ ਕੀ ਬਚਦਾ ਹੈ ਉਹਦੇ ਪਿੱਛੇ ਸੋ ਬਹੁਤ ਸਾਰੀਆਂ ਕਹਿੰਦੇ ਨੇ ਪੋਲੀਟੀਸ਼ੀਅਨ ਕਹਿੰਦੇ ਨੇ ਮੈਂ News 24 ਕਨਕਲੇਵ ਦੇ ਵਿੱਚ ਗਈ ਸੀਗੀ ਉੱਥੇ ਕਿਸੇ ਨੇ ਕਿਹਾ ਕਿ ਅਸੀਂ ਤਾਂ ਨਹਿਰਾਂ ਕੱਢੀਆਂ ਆ ਜੀ ਅਸੀਂ ਨਹਿਰਾਂ ਬਾਰੇ ਸੋਚਿਆ ਨਹਿਰਾਂ ਤੁਸੀਂ ਕੱਢੀਆਂ ਬਟ ਪਾਣੀ ਦਾ ਹੇਠਲਾ ਲੈਵਲ ਮੇਨਟੇਨ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੋਈ ਇਹ ਗੱਲ ਕਰ ਰਹੇ ਹੋ ਕਿ ਪੰਜਾਬ ਦੀ ਜਿਹੜੀ ਖੇਤੀ ਸਿਸਟਮ ਹੈ ਉਹਨੂੰ ਰੋਟੇਸ਼ਨ ਦੇ ਵਿੱਚ ਲੈ ਕੇ ਦੂਜੀਆਂ ਫਸਲਾਂ ਦੇ ਉੱਤੇ ਵੀ ਇੱਕ ਪੱਕਾ ਮਿਨੀਮਮ ਪ੍ਰਾਈਸ ਰੇਟ ਦਿੱਤਾ ਜਾਵੇ ਜਿਵੇਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਮੁੱਦੇ ਉਠਾ ਦਿੰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ 'ਤੇ ਜਿਹੜਾ ਐਵੀਡੈਂਸਰੀ ਪ੍ਰੂਫ ਹੋਣਾ ਚਾਹੀਦਾ ਕੋਈ ਨਾ ਕੋਈ ਰਿਟਰਨ ਦੇ ਵਿੱਚ ਗਰੰਟੀ ਹੋਣੀ ਚਾਹੀਦੀ ਆ ਕਿ ਜੇ ਤੁਸੀਂ ਕਹਿੰਦੇ ਹੋ ਆਹ ਵਾਅਦਾ ਤਾਂ ਵਾਅਦੇ ਦੇ ਉੱਪਰ ਤੁਹਾਡੀ ਮੋਹਰ ਲੱਗੀ ਹੋਣੀ ਚਾਹੀਦੀ ਆ ਜਿਹੜੀ ਕੋਰਟ ਦੀ ਮੋਹਰ ਲੱਗੀ ਹੋਣੀ ਚਾਹੀਦੀ ਆ ਤਾਂ ਜੋ ਕੱਲ੍ਹ ਤੁਸੀਂ ਮੁੱਕਰਨਾ ਵੇਖੋ ਬੇਸਿਕਲੀ ਪਤਾ ਕੀ ਹੈ ਇੱਕ ਸਰਕਾਰ ਵਾਅਦੇ ਕਰਕੇ ਜਾਂਦੀ ਹੈ ਉਹ ਦੂਜੀ ਸਰਕਾਰ ਦੇ ਉੱਤੇ ਪਾ ਦਿੰਦੀ ਹੈ ਇੱਕ ਸਰਕਾਰ ਕਰਜ਼ਾ ਲੈਂਦੀ ਹੈ ਉਹ ਦੂਜੀ ਸਰਕਾਰ ਦੇ ਉੱਤੇ ਕਰਜ਼ਾ ਪਾ ਦਿੰਦੀ ਹੈ ਅੱਜ ਤੁਸੀਂ ਕਹਿ ਦਾਂਗੇ ਇਹ ਮੁਫਤ ਉਹ ਮੁਫਤ ਇਹ ਮੁਫਤ ਕਰਜ਼ਾ ਕਿਹਦੇ ਸਿਰ 'ਤੇ ਹੈ ਕਰਜ਼ਾ ਪੰਜਾਬ ਦੇ ਸਿਰ ਦੇ ਉੱਤੇ ਚੜ੍ਹ ਰਿਹਾ ਹੈ ਪੰਜਾਬ ਦੇ ਉੱਤੇ ਪੰਜਾਬ ਦੇ ਲੋਕਾਂ ਜਿਹੜਾ ਉਹਦਾ ਵਿਆਜ ਪੰਜਾਬ ਦੇ ਰਿਹਾ ਰਾਈਟ ਆਉਣ ਵਾਲੇ ਟਾਈਮ ਦੇ ਉੱਤੇ ਕੌਣ ਇਹਦੇ ਬਾਰੇ ਸਪਸ਼ਟੀਕਰਨ ਦਊਗਾ ਵੀ ਇਹ ਕਿਹੜੀ ਸਰਕਾਰ ਨੇ ਲਿਆ ਸੀਗਾ ਹਰ ਕੋਈ ਇੱਕ ਦੂਜੇ ਦੇ ਉੱਤੇ ਪਾਈ ਜਾਊਗਾ ਬਈ ਤੁਹਾਡੇ ਟਾਈਮ 'ਤੇ ਆ ਹੋਇਆ ਸੀਗਾ ਤੁਹਾਡੇ ਤੁਸੀਂ ਇਹ ਦੇਖ ਨਹੀਂ ਰਹੇ ਅੱਜ ਕੱਲ੍ਹ ਅਸੈਂਬਲੀ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਹਾਂ ਵੀ ਮੁੱਦੇ ਦੀ ਗੱਲ ਹੋਣੀ ਚਾਹੀਦੀ ਆ ਅੱਜ MLA ਅਸੈਂਬਲੀ ਅਸੀਂ ਜਦੋਂ ਵਾਚ ਕਰਦੇ ਹਾਂ ਅਸੀਂ ਕਹਿੰਦੇ ਮੁੱਦੇ ਦੀ ਗੱਲ ਹੋਣੀ ਚਾਹੀਦੀ ਉੱਥੇ ਤੁਸੀਂ ਅੱਜ ਕੱਲ੍ਹ ਲੋਕ ਜੋਕਰ ਬਣ ਕੇ ਰਹਿ ਗਏ ਨੇ ਤੁਸੀਂ ਸੋਚੋ ਹਰ ਕਿਤੇ ਉਹਨਾਂ ਦੇ ਕਲਾਊਂਸ ਬਣਨੇ ਸ਼ੁਰੂ ਹੋ ਗਏ ਨੇ ਅੱਛਾ ਜੀ ਇਹਨੇ ਇਹ ਕਹਿਤਾ ਅੱਛਾ ਜੀ ਤੂੰ ਇਹ ਹੈ ਮਤਲਬ ਐਂ ਲੱਗਦਾ ਹੈ ਕਿ ਜਿਵੇਂ ਨਾ ਲਾਫਟਰ ਚੈਲੰਜ ਚੱਲ ਰਿਹਾ ਔਰ ਦੋ ਬੰਦੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਨੇ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਅਸੈਂਬਲੀ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਡਿਸਕਸ ਕਰਨਾ ਚਾਹੀਦਾ ਉੱਥੇ ਲੋਕ ਇੱਕ ਦੂਜੇ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਉੱਥੇ ਗਾਲਾਂ ਕੱਢਦੇ ਨੇ ਹਰ ਇੱਕ ਪੋਲੀਟੀਕਲ ਪਾਰਟੀ ਦਾ ਇੱਕ IT ਸੈੱਲ ਬਣ ਚੁੱਕਿਆ ਆ ਜਿਹੜੇ ਕਿ ਇੱਕ ਦੂਜੇ ਦੇ ਉੱਤੇ ਗੰਦੀ ਭੱਦੀ ਸ਼ਬਦਾਵਲੀ ਯੂਜ਼ ਕਰਕੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਤੁਹਾਡੀਆਂ ਗੱਲਾਂ ਸਹੀ ਨੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਨੂੰ ਵੀ ਟ੍ਰੋਲਿੰਗ ਬਹੁਤ ਹੋਈ ਆ ਤੁਹਾਨੂੰ ਵੀ ਮੈਸੇਜ ਦੇ ਵਿੱਚ ਕਮੈਂਟਸ ਦੇ ਵਿੱਚ ਬੜਾ ਮੰਦਾ ਅਤੇ ਗਲਤ ਬੋਲਿਆ ਜਾਂਦਾ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਮਹਾਰਾਣੀ ਪਰਨੀਤ ਕੌਰ ਦੀ ਗੱਲ ਕਰੀਏ ਕਾਂਗਰਸ ਦੇ ਵੱਡੇ ਚਿਹਰੇ ਸੀ ਸੋ ਹੁਣ BJP ਦੇ ਵਿੱਚ ਜਾਣ ਲੱਗੇ ਨੇ ਤੁਸੀਂ ਸੋਚਦੇ ਹੋ ਕਿ ਕਿਸੇ ਬੰਦੇ ਦਾ ਕਰੈਕਟਰ ਹੈ ਜਿਵੇਂ ਕਿਹਾ ਜਾਂਦਾ ਰਾਜਨੀਤੀ ਦੇ ਵਿੱਚ ਕੋਈ ਵੀ ਸਕਾ ਨਹੀਂ ਹੁੰਦਾ ਕੋਈ ਕਿਸੇ ਪਾਰਟੀ ਨਹੀਂ ਕਦੋਂ ਕਿਹੜਾ ਬੰਦਾ ਕਿੱਧਰੋਂ ਚੱਲ ਜਾਵੇ ਕੁਛ ਪਤਾ ਨਹੀਂ ਵੇਖੋ ਮੈਂ ਗੱਲ ਕਰਦੀ ਹਾਂ ਮੁੱਦਿਆਂ ਦੀ ਮੈਨੂੰ ਇਹ ਮੈਂ ਤੁਹਾਨੂੰ ਅੱਗੇ ਕਿਹਾ ਕਿ ਭਾਵੇਂ ਉਹ BJP ਗਵਰਨਮੈਂਟ ਦੇ ਖਿਲਾਫ ਅਸੀਂ ਕਿਉਂ ਗਏ ਸੀਗੇ BJP ਗਵਰਨਮੈਂਟ ਦੇ ਖਿਲਾਫ ਅਸੀਂ ਇਸ ਕਰਕੇ ਗਏ ਸੀਗੇ ਕਿਉਂਕਿ BJP ਗਵਰਨਮੈਂਟ 3 ਬਿੱਲ ਲੈ ਕੇ ਆਈ ਸੀਗੀ ਠੀਕ ਹੈ ਔਰ 3 ਬਿੱਲਾਂ ਕਰਕੇ ਅਸੀਂ ਪ੍ਰੋਟੈਸਟ ਕੀਤਾ ਠੀਕ ਹੈ ਔਰ ਉਹ 3 ਬਿੱਲ ਉਹਨਾਂ ਨੇ ਰੱਦ ਕਰ ਦਿੱਤੇ ਹੈ ਨਾ ਅੱਜ ਆਪਾਂ BJP ਗਵਰਨਮੈਂਟ ਦੇ ਪ੍ਰਤੀ ਸਾਡਾ ਹੇਟਰੇਟ ਹੈ ਕਿਉਂਕਿ ਸਾਡੇ ਬਹੁਤ ਸਾਰੇ ਜਵਾਨ ਚਲੇ ਗਏ ਬਹੁਤ ਸਾਰੇ ਬਜ਼ੁਰਗ ਚਲੇ ਗਏ ਹੈ ਨਾ ਇਸ ਅੰਦੋਲਨ ਦੇ ਵਿੱਚ ਆਪਾਂ ਬਹੁਤ ਕੁਝ ਸਿਆ ਆ ਇਸ ਦੌਰਾਨ ਉਹ ਹੇਟਰੇਟ ਹੈ ਔਰ ਇਸੇ ਤਰੀਕੇ ਦੇ ਨਾਲ ਬਹੁਤ ਸਾਲ ਪਹਿਲਾਂ ਕਾਂਗਰਸ ਵਾਸਤੇ ਵੀ ਹੇਟਰੇਟ ਸੀਗਾ ਹਰ ਇੱਕ ਬੰਦੇ ਦਾ ਹੇਟਰੇਟ ਜਿਹੜਾ ਇੱਕ ਟਾਈਮ ਤੋਂ ਟਾਈਮ ਖਤਮ ਹੋ ਜਾਂਦਾ ਆ ਬਾਅਦ ਦੇ ਵਿੱਚ ਹੈ ਨਾ ਗੱਲ ਇਹ ਹੈ ਵੀ ਇਸ ਟਾਈਮ ਦੇ ਉੱਤੇ ਮੈਨੂੰ ਇਹ ਲੱਗਦਾ ਹੈ ਕਿ
ਇਹ ਨਾ ਵੇਖਿਆ ਜਾਵੇ। ਮੈਂ ਇਹ ਸੋਚਦੀ ਹਾਂ ਕਿ ਪੰਜਾਬ ਦੇ ਮੁੱਦੇ ਕੀ ਨੇ, ਪੰਜਾਬ ਦੇ ਮੁੱਦਿਆਂ ਉੱਤੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਜਿਵੇਂ ਮੈਂ ਇੱਕ ਸਭ ਤੋਂ ਵੱਡਾ ਇਸ਼ੂ ਹੈ ਜਿਹੜਾ ਪੰਜਾਬ ਦਾ ਪਾਣੀ, ਠੀਕ ਹੈ। ਪੰਜਾਬ ਦੇ ਹੋਰ ਵੀ ਜਿਹੜਾ ਇੱਕ ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਸੀਗੇ, ਉਹ ਖੁੱਲ੍ਹਣਾ ਚਾਹੀਦਾ, ਵਪਾਰ ਦੂਜੀਆਂ ਸਟੇਟਾਂ ਦੇ ਨਾਲ, ਦੂਜੀਆਂ ਕੰਟਰੀਜ਼ ਦੇ ਨਾਲ ਹੋਣਾ ਚਾਹੀਦਾ। ਮੇਰਾ ਜਿਹੜਾ ਕੁਸ਼ਚਨ ਸੀਗਾ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ, ਤੁਸੀਂ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਕਿਵੇਂ ਦੇਖਦੇ ਹੋ ਅੱਜ ਬੀਜੇਪੀ ਦੇ ਵਿੱਚ ਜਾਣ ਦੇ ਲਈ? ਵੇਖੋ ਮੇਰੀ ਗੱਲ ਸੁਣੋ, ਮੈਂ ਕਿਸੇ ਦੀ ਜਿਹੜੀ ਪਰਸਨਲ ਗੱਲ ਹੈ, ਮੈਂ ਉਹੀ ਕਿਹਾ ਤੁਹਾਨੂੰ, ਮੈਂ ਵਿਅਕਤੀਗਤ ਰੂਪ ਦੇ ਉੱਤੇ ਕਿਸੇ ਦੀ ਟਿੱਪਣੀ ਨਹੀਂ ਕਰ ਸਕਦੀ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੀ, ਕਿਸੇ ਨੂੰ ਚੰਗਾ ਨਹੀਂ ਕਹਿ ਸਕਦੀ। ਮੈਂ ਤੁਹਾਨੂੰ ਕਿਹਾ ਵੀ ਅਸੀਂ ਬੀਜੇਪੀ ਗਵਰਨਮੈਂਟ ਦੇ ਅਗੇਨ ਸੀਗੇ ਕਿਉਂਕਿ ਉਹਨਾਂ ਨੇ 3 ਬਿੱਲ ਸਾਡੇ ਲੈ ਕੇ ਆਉਂਦੇ ਸੀਗੇ, ਉਹਨਾਂ ਨੇ ਰੱਦ ਕਰ ਦਿੱਤੇ। ਇਸੇ ਤਰੀਕੇ ਦੇ ਨਾਲ ਕਿ ਕੱਲ੍ਹ ਨੂੰ ਜੇ ਬੀਜੇਪੀ ਨਾ ਲੈ ਕੇ ਆਉਂਦੀ, ਕਾਂਗਰਸ ਲੈ ਆਉਂਦੀ, ਜੇ ਕਾਂਗਰਸ ਨਹੀਂ ਲੈ ਕੇ ਆਉਂਦੀ, ਕੋਈ ਹੋਰ ਪਾਰਟੀ ਲੈ ਆਉਂਦੀ, ਰਾਈਟ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਮੁੱਦਿਆਂ ਦੇ ਨਾਲ ਸਟਿੱਕ ਰਹਿਣਾ ਚਾਹੀਦਾ ਹੈ, ਵਿਦਾਊਟ ਅਸੀਂ ਕਿਸੇ ਬੰਦੇ ਪਰਸਨਲ ਬੰਦੇ ਦੇ ਉੱਤੇ ਟਾਰਗੇਟ ਕਰੀਏ, ਭਾਵੇਂ ਉਹ ਅਕਾਲੀ ਹੋਵੇ, ਭਾਵੇਂ ਉਹ ਕਾਂਗਰਸੀ ਹੋਵੇ, ਭਾਵੇਂ ਜਿਹੜਾ ਮਰਜ਼ੀ ਹੋਵੇ। ਜਦੋਂ ਆਪਾਂ ਆਪਣੇ ਮੁੱਦਿਆਂ 'ਤੇ ਸਟਿੱਕ ਕਰਨਾ ਸ਼ੁਰੂ ਕਰ ਦਾਂਗੇ ਨਾ ਵੀ ਸਾਡੇ ਇਹ ਮੁੱਦੇ ਨੇ, ਸਾਨੂੰ ਇਹ ਸੌਰਟ ਆਊਟ ਚਾਹੀਦੇ ਨੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਆਉਂਦਾ ਆ, ਕੌਣ ਚਲੇ ਜਾਂਦਾ ਆ, ਜਦੋਂ ਆਪਾਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਨਾ। ਜੇ ਆਪਾਂ ਕੈਪਟਨ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਬੀਜੇਪੀ ਚਲ ਜਾਂਦੇ, ਇੱਧਰ ਚਲ ਜਾਂਦੇ, ਜੇ ਕੈਪਟਨ ਸਾਹਿਬ ਸਾਡੇ ਮੁੱਦੇ ਸੌਰਟ ਆਊਟ ਕਰਦੇ ਆ ਪੰਜਾਬ ਵਾਸਤੇ ਅਤੇ ਸਾਡੇ ਵਾਸਤੇ ਪੰਜਾਬ ਵਾਸਤੇ ਉਹ ਮੁੱਦੇ ਸਹੀ ਨੇ, ਜੇ ਕੈਪਟਨ ਸਾਹਿਬ ਸਾਡੇ ਪੰਜਾਬ ਦੇ ਪਾਣੀ ਦੇ ਬਾਰੇ ਕੋਈ ਗੱਲ ਕਰਦੇ ਆ, ਜੇ ਕੈਪਟਨ ਸਾਹਿਬ ਸਾਡੇ ਜਿਹੜੇ ਕਿਹਨੂੰ ਕਹਿੰਦੇ ਆ, ਜਿਹੜੀ ਮੈਂ ਗੱਲ ਕੀਤੀ ਹੈ ਕਿ ਪਾਣੀ ਦੇ ਬਾਰੇ, ਜਿਹੜੀ ਫਸਲਾਂ ਦੀ ਰੋਟੇਸ਼ਨ ਹੈ, MSP ਦੂਜੀਆਂ ਫਸਲਾਂ ਦੇ ਉੱਤੇ, ਦਾਲ ਦੇ ਉੱਤੇ, ਦਾਲਾਂ ਦੇ ਉੱਤੇ MSP, ਸਬਜ਼ੀਆਂ ਦੇ ਉੱਤੇ MSP, ਮੱਕਾ ਦੇ ਉੱਤੇ MSP, ਸਾਰੀਆਂ ਚੀਜ਼ਾਂ ਦੇ ਉੱਤੇ ਜੇ ਪ੍ਰੋਬਲਮ ਸੌਲਟ ਕਰਦੇ, ਫਿਰ ਸਾਡੇ ਵਾਸਤੇ ਥੋੜ੍ਹਾ ਮਾੜੇ ਹੋਣਗੇ। ਸਾਡੇ ਵਾਸਤੇ ਤਾਂ ਉਹ ਬੰਦਾ ਚੰਗਾ ਹੈ, ਉਹ ਭਾਵੇਂ ਜਿਹੜਾ ਮਰਜ਼ੀ ਲੀਡਰ ਹੋਵੇ, ਅਕਾਲੀ ਹੋਵੇ, ਕਾਂਗਰਸੀ ਹੋਵੇ, ਜਿਹੜਾ ਵੀ, ਜਿਹੜਾ ਸਾਡੇ ਮੇਰੇ ਕਿਸਾਨਾਂ ਮਜ਼ਦੂਰਾਂ ਵਾਸਤੇ ਔਰ ਪੰਜਾਬ ਦੇ ਹਿੱਤ ਦੀ ਗੱਲ ਕਰੇ, ਬਸ ਮੇਰਾ ਇਹ ਮੁੱਦਾ ਹੈ ਮੇਨ। ਸੋ ਇਹ ਸੀ ਸੋਨੀਆ ਮਾਨ, ਤੁਸੀਂ ਸੁਣਿਆ ਕਿ ਇੱਕ ਇੱਕ ਗੱਲ ਉਹਨਾਂ ਵੱਲੋਂ ਦੱਸੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਜਾਂ UP ਕਿਤੋਂ ਵੀ ਇਲੈਕਸ਼ਨ ਜ਼ਰੂਰ ਲੜਨਗੇ, ਪਾਰਟੀ ਕੋਈ ਹੋ ਸਕਦੀ ਆ। ਤੁਸੀਂ ਸੁਣਿਆ ਕਿ ਸੋਨੀਆ ਮਾਨ ਨੇ ਆਪਣੀ ਇੱਕ ਇੱਕ ਦਿਲ ਦੀ ਗੱਲ ਦੱਸੀ ਆ ਕਿ ਉਹ ਪੰਜਾਬ ਦੇ ਮੁੱਦਿਆਂ ਦੇ ਲਈ, ਪੰਜਾਬ ਅਤੇ ਪੰਜਾਬੀ ਮਜ਼ਦੂਰਾਂ ਅਤੇ ਪੰਜਾਬ ਦੇ ਕਿਸਾਨਾਂ ਦੇ ਲਈ ਕਿੰਨੇ ਕੁ ਸੁਹਿਰਦ ਨੇ। ਇਲੈਕਸ਼ਨ ਲੜਨ ਬਾਰੇ ਜਿਹੜੀ ਗੱਲ ਆ, ਉਸ ਦੀ ਪੁਸ਼ਟੀ ਜ਼ਰੂਰ ਹੋਈ ਆ ਕਿ ਇਲੈਕਸ਼ਨ ਉਹ ਜ਼ਰੂਰ ਲੜਨਗੇ, ਲੇਕਿਨ ਕਿਸ ਪਾਰਟੀ ਵੱਲੋਂ ਲੜਨਗੇ ਇਹ ਹਾਲੇ ਤੱਕ ਸਵਾਲ ਜਿਉਂਦਾ ਤਿਉਂ ਬਰਕਰਾਰ ਆ। ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੀਆ ਮਾਨ ਪੰਜਾਬ, UP ਜਾਂ ਫਿਰ ਕਿੱਥੋਂ ਇਲੈਕਸ਼ਨ ਕੰਟੈਸਟ ਕਰਦੇ ਨੇ। ਹਰਪ੍ਰੀਤ ਸਿੰਘ ਜਸੋਵਾਲ, ਪੰਜਾਬ ਕੇਸਰੀ, ਜਗਬਾਣੀ TV, ਮੋਹਾਲੀ। ਕੀ ਗੱਲ ਜਿੰਦਰ, ਬੱਚੇ ਨੂੰ ਪੈਦਲ ਹੀ ਲੈ ਚੱਲਿਆ ਸਕੂਲ? ਯਾਰ ਸਾਈਕਲ ਪੈਂਚਰ ਹੋ ਗਿਆ। ਇੰਨੀ ਦੂਰ ਹੁਣ ਪੈਦਲ ਲੈ ਕੇ ਜਾਏਗਾ ਜਵਾਕ ਨੂੰ? ਨਾ ਨਾ, ਆ ਕਾਕੇ ਤੋਂ ਪੈਂਚਰ ਵੱਲੋਂ ਜਾਂਦਾ ਹੋਇਆ। ਓਏ ਉਹ ਕਿੱਥੇ, 10 ਵਜੇ ਤੋਂ ਪਹਿਲਾਂ ਦੁਕਾਨ ਖੋਲਦਾ DC। ਅੱਛਾ ਚੱਲ ਫਿਰ ਪੁੱਤ, ਅੱਜ ਤੂੰ ਛੁੱਟੀ ਉਹ ਕਰ ਲਾ ਫਿਰ। ਓ ਨਾ ਨਾ, ਛੁੱਟੀ ਕਿਉਂ ਕਰਨੀ ਹੈ, ਚੱਲ ਵੀ ਸ਼ੇਰਾ, ਅੱਜ ਮੈਂ ਤੈਨੂੰ ਛੱਡ ਕੇ ਆਉਣਾ ਆਪਣੇ ਬੰਬੂਗੜ੍ਹ 'ਤੇ, ਚੱਲ ਆ ਜਾ ਸਕੂਲ ਚੱਲੀਏ। ਓ ਨਾ ਨਾ ਕੁਲਦੀਪ ਭਾਈ, ਥੈਂਕ ਯੂ ਫੂਕਣ ਆਪਣਾ ਤੇਲ। ਉਹ ਫੇਰ ਕੀ ਹੋ ਗਿਆ, ਨਾਲੇ ਪੰਜਾਬ ਸਰਕਾਰ ਨੇ ਹੁਣ ਤਾਂ ਤੇਲ ਦੇ ਰੇਟ ਜਮੇ ਥੱਲੇ ਮਾਰੇ ਚੱਕ ਕੇ। ਅੱਛਾ ਹੋਰ ਕੀ, 10 ਰੁਪਏ ਪੈਟਰੋਲ ਦੇ ਘਟਾਤੇ ਤੇ 5 ਰੁਪਏ ਡੀਜ਼ਲ ਦੇ। ਜਦੋਂ ਖਰਾ ਬੰਦਾ ਕੁਰਸੀ ਤੇ ਬੈਠਾ ਹੋਵੇ ਨਾ, ਤਾਂ ਨਵੀਂ ਪੀੜ੍ਹੀ ਦਾ ਭਵਿੱਖ ਤਾਂ ਬਦੋ-ਬਦੀ ਪੈਰਾਂ ਤੇ ਖੜਾ ਹੁੰਦਾ। ਆ ਤਾਂ ਤੇਰੀ ਗੱਲ ਜਮੇ ਹੀ ਸਹੀ ਆ। ਸਹੀ ਲਏ ਫੈਸਲੇ ਜਨਤਾ ਨੂੰ ਵੀ ਸਹੀ ਬੋਲਣ ਲਾ ਦਿੰਦੇ ਆ। ਆ ਜਾ ਵੀ ਸ਼ੇਰਾ, ਤੈਨੂੰ ਮੈਂ ਛੱਡ ਕੇ ਆਉਣਾ ਸਕੂਲ, ਤੂੰ ਵੀ ਪੈ ਸਹੀ ਰਸਤੇ। ਅੱਛਾ ਨਾਲੇ ਗੱਲ ਸੁਣ, ਅੱਗੇ ਤੈਨੂੰ ਮੈਂ ਹੀ ਸਕੂਲ ਛੱਡ ਕੇ ਆਇਆ ਕਰੂੰਗਾ, ਠੀਕ ਆ ਨਾ? ਫੈਸਲਾ ਤਾਂ ਤੇਰਾ ਵੀ ਸਹੀ ਹੈ ਚਾਚਾ। ਜਨਤਾ ਦਾ ਬੋਝ ਘਟਾਵਾਂਗੇ, ਮਿਲ ਕੇ ਸਰਕਾਰ ਚਲਾਵਾਂਗੇ।